कांग्रेस उम्मीदवार कमलेश ठाकुर ने बुधवार को भी चुनाव प्रचार के दौरान विरोधियों को आड़े हाथ लिया। कमलेश ठाकुर ने कहा कि पूर्व निर्दलीय विधायक होशियार सिंह कह रहे हैं कि चुनाव के बाद मैडम को कहाँ ढूंढेंगे, वो सुन लें, मैं कोई सुई नहीं हूँ जो गुम हो जाऊंगी, देहरा में मिलूंगी या ज्यादा से ज्यादा ससुराल नादौन में होंगी, मेरा तो सब कुछ देहरा का है, मैं भी धरती पुत्री हूँ, जो मुझे बाहरी बता रहे हैं वो कहाँ से आए हैं ये भी जनता को बता दें, वो तो अधिकतर रहते ही मुंबई और कनाडा में हैं। कमलेश ठाकुर ने क्या कहा, सुनिए विस्तार से। ਆਪਣੇ ਕੰਮ ਲੈ ਕੇ ਆਉਣਾ, ਜਿਹਨਾਂ ਸਸਤੇ ਵੀ ਫਾਇਦੇ ਲੈ ਲੈਣੇ, ਤੁਹਾਨੂੰ ਵੀ ਫਾਇਦੇ ਲੈ ਲੈਣੇ, ਕਦੇ ਮਾਰ ਨੀ ਲਗਾਉਣੀ, ਗਰੀਬ ਆਦਮੀ ਹੈ, ਗਰੀਬ ਆਦਮੀ ਇਹ ਵਾਰ ਪਾਉਂਦੀ ਪਿੱਛੇ ਦਾ ਪਿੱਛੇ ਰਹੀ ਜਾਂਦਾ, ਤਾਂ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਕਿ ਜਿਹੜੀਆਂ ਸਾਡੇ ਪੂਰ ਆਪਣੇ ਬਲਾਕ ਅਧਿਕਸ਼ ਜੀ ਨੇ ਜਵਾਜੀ ਵਾਲਿਆਂ ਨੇ ਬੋਲਿਆ ਕਿ ਬੜੀਆਂ ਸਮਝਾਂ ਨੇ ਤੁਹਾਨੂੰ ਕੰਮ ਲੈਣਾ, ਬੜੀਆਂ ਸਮਝਦਾਰੀਆਂ ਨੇ ਕੰਮ ਲੈਣਾ, ਉਸੇ ਦੀਆਂ ਗੱਲਾਂ ਚ ਨਹੀਂ ਆਉਣਾ, ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਵਾਸਤੇ ਸੀ ਐਮ ਸਾਹਿਬ ਨੇ ਜਿਹੜੀਆਂ ਸਾਡੇ ਨਦੌੜੇ ਚ ਆਫਿਸ ਖੁੱਲਿਆ, ਸੀਐਮ ਆਫਿਸ ਉਸੇ ਤਰ੍ਹਾਂ ਤੁਹਾਨੂੰ ਦੇਰ ਸੀਐਮ ਆਫਿਸ ਖੁੱਲਾ ਤਾ, ਜਨਸੰਖਿਆ ਜਿੱਥੋਂ 40 ਘਰ ਥੇ ਅੱਜ ਸਹਿ 200 ਘਰ ਬਣੀ ਗਿਆ, ਉੱਥੇ ਕੰਮ ਰੁਕਿਓ, ਜਿਹੜੀ ਸੜਕਾਂ ਜਿਹੜੀਆਂ ਬਣੀਆਂ ਗਈਆਂ, ਨਾ ਜਿਹਨਾਂ ਮੈਂ ਦਿਖਦੀ ਆ ਉਹਦੇ ਸਾਰੇ ਕਿ ਨਾ ਨਾਲੀਆਂ ਬਣੀਆਂ, ਨਾ ਮਤਲਬ ਕਿ ਪਾਣੀਆਂ ਦੀ ਨਿਕਾਸੀ ਹੈ, ਨਾ ਕੁਛ ਹੈ, ਤਾਂ ਇਹ ਕੁਦੇ ਨਾ ਤੁਹਾਡੇ, ਤਾਂ ਇਹ ਤੁਸੀਂ ਕੁਛ ਦੀਆਂ ਗੱਲਾਂ ਚ ਮਾਤਾ ਵਾ, ਇਸ ਵਾਰੀ ਤੁਸੀਂ ਇਹ ਸੋਚਾ ਕਿ ਅਸਾਂ ਆਪਣੀ ਸੀਐਮ ਗਲਸੀ ਚੋਸੀ ਬਣਾ ਦੇ, ਮਤਲਬ ਕਿ ਮੇਰੀ ਗਲਸੀ ਚੋਸੀ ਮਤਲਬ ਕਿ ਸੀਐਮ ਸਾਹਿਬ ਦੀ ਗਲਸੀ ਚੋਸੀ ਗਿਆ, ਮੇਰੀ ਗੱਲ ਸੁਣਾ, ਕਲਸੀ ਹਰ ਕਲਸੀ ਚੋਸੀ ਸਾਲ ਡੇਢ ਸਾਲ ਚ ਇੱਕ ਤਾਂ ਟੂਰ ਮਿਲਦਾ 24 ਘੰਟੇ 2 ਘੰਟੇ ਵਾਸਤੇ, ਆਮ ਪਬਲਿਕ ਨੀ ਮਿਲੀ ਪਾਉਂਦੀ, ਆਮ ਪਬਲਿਕ ਫ੍ਰੀ ਵੀ ਨੀ ਮਿਲੀ ਪਾਉਂਦੀ, ਡੈਪੂਟੇਸ਼ਨ ਚ ਲੋਕ ਮਿਲਦੇ, ਤਾਂ ਤੁਸੀਂ ਇਸ ਆਪਣੇ ਮੇਰੇ ਵਾਸਤੇ ਨੀ, ਤੁਸੀਂ ਆਉਣ ਵਾਲੇ ਵਕਤ ਵਾਸਤੇ ਆਪਣੇ ਬੱਚਿਆਂ ਵਾਸਤੇ ਅੱਜ ਦੇਖ ਲਿਓ ਕੋਈ ਗਲਤ ਕਦਮ ਪੁੱਛਦੇ ਬਹਿਕਾਵੇ ਚਾਹੀਦੀ ਕਦਮ ਉਠਾਉਂਦੇ। ਹਿਮਾਚਲ ਸੇ ਜੁੜੀ ਹਰ ਬੜੀ ਅਪਡੇਟ ਕੇ ਲੀਏ ਬਨੇ ਰਹੀਏ EWN 24 ਨਿਊਜ਼, ਚੋਇਸ ਆਫ ਹਿਮਾਚਲ ਕੇ ਸਾਥ।